की बारिश से जल भराव की समस्या अभी खत्म नहीं हुई थी कि शहर के अलग अलग भागों से सड़कें धंसनी शुरू हो गई हैं। शहर के कई इलाकों पर सड़क धंस गई इस दौरान जसपाल सिंह सिंहपुरा ने बताया कि एक ही बरसात ने शहर को जलथल कर दिया जल भराव की बात करें तो ढोलेवाल चौक चंडीगढ़ रोड के सेक्टर बत्तीस शेरपुर जनकपुरी ग्यासपुरा भंडारी सुंदरनगर बस्ती जोदेवाल सहित शहर के कई हिस्सों की सड़कें पानी में डूबी रही لیکن افسر اپنے اپنے تبادلے کروا شہر سے بھاگنے لگے اس کی جانکاری جسپال سنگھ نے میڈیا کو دی دیکھو جی میں نگر نگے بندے وچ اپوزیشن ورودی تیردا پارٹی لیڈر بھی ہوں سب تو پہلا تا میں میں مانگ کردا کہ ساڈی ہاؤسنگ میٹنگ نہیں ہن بلائی جا رہی ہاؤس دی میٹنگ بلا کے میں ایکو گل ہاؤس دے وچ جو کہنا چاہنا ہوں ہن میں میڈیا راہیں یہ تا ہاؤس دی میٹنگ تا بلوندی نہیں کانگریس سرکار میں میڈیا راہیں لوک سب نو میسج دینا چاہنا کہ لودھیانے شہر نال ਯੂ ਨੋ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਜੋ ਇਸ ਦਾ ਹਾਲ ਕਾਂਗਰਸ ਦੀ 2.5 ਸਾਲ ਦੀ ਸਰਕਾਰ ਚ ਇਹਨਾਂ ਦੀ ਨਲਾਇਕੀ ਦੇ ਕਾਰਨ ਹੋਇਆ ਮੈਂ ਕਹਿੰਦਾ ਦੱਸਣਾ ਤਾਂ ਬਹੁਤ ਦੇਖਣਾ ਉਦੋਂ ਵੀ ਔਖਾ ਹੈ ਜਲੰਧਰ ਜਾਣ ਵਾਲੇ ਅਮ੍ਰਿਤਸਰ ਜਾਣ ਵਾਲੇ ਜੰਮੂ ਕਸ਼ਮੀਰ ਚ ਲੋਕ ਜਾਣ ਵਾਲੇ ਜਿਹੜੇ ਲੋਕ ਨੇ ਸ਼ੇਰਪੁਰ ਚੌਂਕ ਦੇ ਵਿੱਚ 6-6 ਘੰਟੇ ਟ੍ਰੈਫਿਕ ਚ ਖੜੇ ਰਹਿੰਦੇ ਆ ਔਰ ਕਿੰਨੇ ਮਰੀਜ਼ ਜਿਹੜੀ ਆਪਦੀ ਕਾਰਾਂ ਦੇ ਵਿੱਚ ਜਾ ਕੇ ਹਸਪੀਟਲ ਜਾਣਾ ਚਾਹੁੰਦੇ ਆ ਆਪਦੀ ਕਾਰਾਂ ਦੇ ਵਿੱਚ ਹੀ ਦਮ ਤੋੜ ਰਹੇ ਨੇ ਔਰ ਇਸ ਕਾਰਪੋਰੇਸ਼ਨ ਨੂੰ ਇੱਕ ਵੀ ਕੰਨ ਤੇ ਜੂਨੀ ਸਰਕਾਰੀ 4 4 5 5 ਫੁੱਟ ਪਾਣੀ ਖੜਾ ਔਰ ਮੈਂ ਇੱਕ ਗੱਲ ਹੋਰ মিডিਆ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੀ ਗੱਲ ਲੋਕਾਂ ਨੂੰ ਆਪ ਨਹੀਂ ਪਤਾ ਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਕੋਈ ਵੀ ਅਫਸਰ ਰਾਹੀ ਮੈਂ ਮੁੱਖ ਮੰਤਰੀ ਰਾਹੀਂ ਦੀ ਚਿੱਠੀ ਭੇਜੀ ਹੈ ਵੀ ਕੋਈ ਵੀ ਅਫਸਰ ਹੈੱਡ ਕੁਆਟਰ ਤੋਂ ਨਾ ਹਿਲੇ ਮੈਂ ਲੁਧਿਆਣਾ ਸ਼ਹਿਰ ਦੀ ਕਾਰਪੋਰੇਸ਼ਨ ਦੀ ਤੁਹਾਨੂੰ ਗੱਲ ਦੱਸਦਾ ਕਿ ਇੱਥੇ ਜਿਹੜੀ ਸਫਾਈ ਔਰ ਓ ਐਂਡ ਐਮ ਸਲਜੀ ਨੂੰ ਕਹਿੰਦੇ ਆ ਜਿੱਥੇ ਸਫਾਈ ਤੇ ਸੀਵਰੇਜ ਆਉਂਦਾ ਪਾਣੀ ਆਉਂਦਾ ਸੀਵਰੇਜ ਤੇ ਪਾਣੀ ਦੇ ਤਿੰਨ ਐਕਸੀਅਨ ਰਣਵੀਰ ਸਿੰਘ ਐਕਸੀਅਨ ਵਿਜੇ ਕੁਮਾਰ ਔਰ ਸਾਡੇ ਐਕਸੀਨ ਹਰਮੇਸ਼ਰਾਲ ਬਦਲੀ ਕਰਾ ਕੇ ਲੁਧਿਆਣਾ ਸ਼ਹਿਰ ਚ ਚਲੇ ਗਏ ਜੇਕਰ ਕੋਈ ਅਫਸਰੀ ਨਹੀਂ ਇੱਥੇ ਰਹੂਗਾ ਕੋਈ ਅਫਸਰ ਇੱਥੇ ਕੰਮ ਕਰਕੇ ਰਾਜ਼ੀ ਨਹੀਂ ਕੋਈ ਇੱਥੇ ਕੰਮ ਦਾ ਕੋਈ ਤਰੀਕਾ ਨਹੀਂ ਸਾਰੀ ਕਾਰਪੋਰੇਸ਼ਨ 2.5 ਸਾਲਾਂ ਦੇ ਵਿੱਚ ਨਗਰ ਨਿਗਮ ਦੀ ਇਸ ਨਲਾਇਕੀ ਦੇ ਨਾਲ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਦੀ ਨਲਾਇਕੀ ਦੇ ਨਾਲ ਸਰਦਾਰ ਨਵਜੋਤ ਸਿੰਘ ਸਿੱਧੂ ਕਹਿੰਗੇ ਮੈਂ ਹਜ਼ਾਰਾਂ ਕਰੋੜ ਰੁਪਏ ਦੇ ਰਿਆ 1 ਰੁਪਿਆ ਫੰਡ ਨਹੀਂ ਮਿਲਿਆ ਲੁਧਿਆਣਾ ਸ਼ਹਿਰ ਨੂੰ ਔਰ ਪਿਛਲੇ 15 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਦਿਨ ਤੇ ਪਰ ਹੋਰ ਝੂਠ ਬੋਲ ਕੇ ਕਿਹਾ ਕਿ 4000 ਕਰੋੜ ਰੁਪਇਆ ਮੈਂ ਲੁਧਿਆਣਾ ਸ਼ਹਿਰ ਨੂੰ ਵਿਕਾਸ ਲਈ ਦੇ ਰਿਆ 4 ਰੁਪਏ ਨਹੀਂ ਆਏ ਸਤ ਸੰਗ ਦੀ 4 ਰੁਪਏ ਵੀ ਲੁਧਿਆਣੇ ਨੂੰ ਸਾਰੇ ਲੁਧਿਆਣੇ ਦਾ ਸੱਤਿਆਰਨਾਸ ਮਾਰਿਆ ਔਰ ਇਸ ਵਾਰ ਕਿਉਂਕਿ ਕੈਪਟਨ ਮਨਿੰਦਰ ਨੂੰ ਮੀਡੀਆ ਨੇ ਸਵਾਲ ਪੁੱਛਨੇ ਸੀ ਕੈਪਟਨ ਸਾਹਿਬ 15 ਅਗਸਤ ਵਾਲੇ ਦਿਨ ਆ ਹੀ ਨਹੀਂ ਰਹੇ ਮਿਲਦੇ ਤਾਂ ਵੈਸੇ ਕਿਸੇ ਨੂੰ ਨਹੀਂ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਔਰ ਕੈਪਟਨ ਮਨਿੰਦਰ ਸਿੰਘ ਤੋਂ ਔਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਤੋਂ ਇੱਕ ਸਵਾਲ ਪੁੱਛਦਾ ਕਿ ਲੁਧਿਆਣੇ ਸ਼ਹਿਰ 'ਚ 2.5 ਸਾਲਾਂ 'ਚ ਉਹਨਾਂ ਨੇ ਕਿੰਨਾ ਫੰਡ ਭੇਜਿਆ ਕਿ ਲੁਧਿਆਣਾ ਸ਼ਹਿਰ ਚ ਇਹਨਾਂ ਜਿਹੜਾ ਟੈਕਸ ਜਾਂਦਾ ਉਹ ਕਿੱਥੇ ਜਾ ਰਿਹਾ ਕਿਉਂ ਲੋਕ ਇਸ ਗੰਦਗੀ ਦੇ ਵਿੱਚ ਬੈਠੇ ਨੇ ਕ੍ਰਾਂਟਾ ਹੀ ਲੋਕਾਂ ਦੀ ਪਾਣੀ ਚ ਕ੍ਰਾਂਟਾ ਜਾਂਦਾ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ ਬੁੱਢੇ ਨਾਲੇ ਦਾ ਕਹਿੰਦੇ ਸੀ 6 ਮਹੀਨੇ ਸਾਫ਼ ਕਰ ਦੇਾਂਗੇ ਅੱਜ 2.5 ਸਾਲ ਹੋ ਗਏ ਬੁੱਢੇ ਨਾਲੇ ਦਾ ਬੰਨ ਟੁੱਟ ਕੇ ਲੋਕਾਂ ਨੇ ਘਰਾਂ ਚ ਪਾਣੀ ਖੜਾ ਔਰ ਐਮਐਲ ਇਹਨਾਂ ਦੇ ਇਹਨਾਂ ਦੇ ਮੰਤਰੀ ਇਹਨਾਂ ਦੇ ਅਧਿਕਾਰੀ ਦੇ ਕੰਨ ਤੇ ਕਿਸੇ ਤੇ ਜੂ ਨਹੀਂ ਸਰਕਾਰੀ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਜਾ ਮਜ਼ਾਕ ਖੇਡ ਰਹੀ ਹੈ ਸਾਡੀ ਨਗਰ ਨਿਗਮ ਔਰ ਜਿਸ ਦਿਨ ਹਾਊਸ ਦੀ ਮੀਟਿੰਗ ਹੋਈ ਜੇਕਰ ਇਹਨਾਂ ਨੇ ਨਾ ਘੋੜਿਆ ਸਾਡੀ ਸ਼੍ਰੋਮਣੀ ਕਾਲੀ ਦਰ ਪਾਰਟੀ ਔਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਲਦੇ ਦੇ ਨਿਰਦੇਸ਼ਾਂ ਤੇ ਅਸੀਂ ਪੂਰਾ ਲੁਧਿਆਣੇ ਨੂੰ ਬੰਦ ਕਰਕੇ ਇਹਨਾਂ ਨੂੰ ਢੋਲ ਵਜਾ ਕੇ ਜ਼ਰੂਰ ਜਗਾਵਾਂਗੇ ਔਰ ਇਹਨਾਂ ਦੇ ਵਾਅਦੇ ਇਹਨਾਂ ਨੂੰ ਯਾਦ ਕਰਾਵਾਂਗੇ ਕਿ ਝੂਠੇ ਲਾਰੇ ਝੂਠੇ ਵਾਅਦੇ ਲਾ ਕੇ ਜੋ ਇਹਨਾਂ ਨੇ ਸਰਕਾਰ ਬਣਾਈ ਸੀ ਔਰ ਨਗਰ ਨੇ ਵਿੱਚ ਜੋ ਸੀਟਾਂ ਜਿੱਤੀਆਂ ਸੀ ਸ਼ਹਿਰ ਦਾ ਕੇ ਹਾਲ ਚੈੱਕ ਕਰਨ ਹੁਣ ਵੀ ਹਾਲ ਕੀ ਹੈ ਅਧਿਕਾਰੀ ਕੋਈ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ 1 ਰੁਪਿਆ ਪੰਜਾਬ ਸਰਕਾਰ ਵੱਲੋਂ ਫੰਡ ਨਹੀਂ ਆ ਰਿਹਾ ਕੋਈ ਅਧਿਕਾਰੀ ਇੱਥੇ ਕੰਮ ਨਹੀਂ ਕਰਦਾ ਜੇ ਹੀ ਆਉਂਦਾ ਅੱਜ ਅਗਲੇ ਦਿਨ ਟਰਾਂਸਫਰ ਕਰਾ ਕੇ ਚਲੇ ਜਾਂਦਾ ਦੇਖੋ ਚਾਰ ਐਕਸੀਅਨਸੀ ਸਾਡੇ ਕੋਲ ਪੂਰੇ ਲੋਧੀ ਹਣੇ ਸ਼ਹਿਰ ਚ ਬਰਸਾਤੀ ਮੌਸਮ ਦਾ ਬਚਾਅ ਕਰਨ ਲਈ ਚਾਰਾਂ ਚੋਂ ਤਿੰਨ ਜਿਲਾ ਛੱਡ ਕੇ ਭੱਜ ਗਏ ਮੈਂ ਪੁੱਛਣਾ ਚਾਹੁੰਦਾ ਕਿਉਂ ਭੱਜ ਰਹੇ ਨੇ ਅਫਸਰ ਇਹੀ ਅਫਸਰ ਜਿਹੜੇ ਸਾਡੇ ਵੇਲੇ 10-10 ਸਾਲ ਕੰਮ ਕਰਕੇ ਇਹੀ ਪਾਣੀ ਜਿਹੜਾ ਸਾਡੇ ਵੇਲੇ ਬਰਸਾਤਾ ਹੁੰਦੀਆਂ ਸੀ ਅੱਧੇ ਘੰਟੇ ਜੀ ਇੱਕ ਤਪਕਾ ਬਾਹਰ ਨਹੀਂ ਸੀ ਹੁੰਦਾ ਅੱਜ 6-6 ਦਿਨੋਂ ਗੇ ਪਾਣੀ ਲੋਕਾਂ ਦੇ ਘਰਾਂ ਚ ਭੜਿਆ ਹੋਇਆ ਕੀ ਕਰ ਰਹੀ ਹੈ ਕਾਂਗਰਸੀ ਸਰਕਾਰ ਮੈਂ ਤਾਂ ਲੋਕਾਂ ਨੂੰ ਕਹਿਣਾ ਕਿ ਇਹਨਾਂ ਦੇ ਨਮਾਇंदे ਜਿੱਥੇ ਆਉਂਦੇ ਨੇ ਇਹਨਾਂ ਦਾ ਚੋਣ ਮੈਨੀਫੈਸਟੋ ਦੇਖੋ ਨਗਰ ਨਿਗਮ ਦਾ ਮੈਨੀਫੈਸਟੋ ਦੇਖੋ ਇਹਨਾਂ ਨੂੰ ਰੋਕੇ ਸਵਾਲ ਪੁੱਛੋ ਤੁਸੀਂ ਲੋਕਾਂ ਨੂੰ ਚਾਹੀਦਾ ਇਹਨਾਂ ਤੋਂ ਸਵਾਲ ਪੁੱਛਣੇ ਕੀ ਕਰ ਰਹੇ ਨੇ